ਏਵਨ ਪੰਜਾਬੀ ਨੇੜ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋਸੋਮ ਸਹੋਤਾ ਤੇ ਲੈ ਕੇ ਹਾਜ਼ਰ ਆਂ ਖਰੀਆਂ 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 ਦੇ ਵਿੱਚ ਗੱਲ ਕਰਦੇ ਆਂ ਜੀ ਭਾਰਤ ਦੀ ਭਾਰਤ ਦੀ ਗੱਲ ਕਰਾਂਗੇ ਤੇ ਸਕਿਉਰਟੀ ਦਾ ਇੱਕ ਜਿਹੜਾ ਪੁਆਇੰਟ ਹੈ ਉਹ ਸਾਹਮਣੇ ਜ਼ਰੂਰ ਆਏਗਾ ਜਿੰਨੇ ਵੀ ਲੀਡਰ ਨੇ ਸਾਡੇ ਨੇਤਾ ਨੇ ਚਾਹੇ ਉਹ ਮੰਤਰੀ ਨੇ ਜਾਂ ਕਿਸੇ ਵੀ ਵਿਭਾਗ ਦੇ ਵਿੱਚ ਨੇ ਲੇਕਿਨ ਗੱਲ ਉਹਨਾਂ ਦੀ ਸਕਿਉਰਟੀ ਦੀ ਹੈ ਸਕਿਉਰਟੀ ਦੇ ਉੱਪਰ ਇੰਨਾ ਜ਼ਿਆਦਾ ਖਰਚਾ ਹੋ ਰਿਹਾ ਹੈ ਭਾਰਤ ਦੇ ਵਿੱਚ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਸਕਿਉਰਟੀ ਪੁਆਇੰਟ ਆਫ View ਤੋਂ ਮੇਰੇ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਖਰਚਾ ਹੁੰਦਾ ਲੱਗ ਰਿਹਾ ਹੈ। ਅੱਲਾ ਕਿ ਇਹਦੇ ਅੰਕੜੇ ਜਿਹੜੇ ਆ ਉਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ। ਲੇਕਿਨ ਪਿਛਲੇ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਔਰ ਜਿਹੜੇ ਕਿ ਆਮ ਪਬਲਿਕ ਦੇ ਵਿੱਚ ਤੁਰੇ ਜਾ ਰਹੇ ਨੇ, ਤੁਰੇ ਜਾ ਰਹੇ ਨੇ ਔਰ ਅਚਾਨਕ ਉਹਨਾਂ ਦੀ ਇੱਕ ਨਜ਼ਰ ਸਿੱਖ ਸਰਦਾਰ ਜੀ ਤੇ ਪੈਂਦੀ ਹੈ। ਉਸ ਸਰਦਾਰ ਜੀ ਦੇ ਨਾਲ ਬਕਾਇਦਾ ਤੌਰ ਤੇ ਹੱਥ ਮਿਲਾਉਂਦੇ ਨੇ ਔਰ ਫਿਰ ਆਪਣੇ ਕੰਮ ਅੱਗੇ ਲੰਘ ਜਾਂਦੇ ਨੇ ਮਤਲਬ ਉਹਨਾਂ ਦੇ ਨਾਲ ਕੋਈ ਵੀ ਸਿਕਿਉਰਿਟੀ ਨਜ਼ਰ ਨਹੀਂ ਆਉਂਦੀ ਔਰ ਸਾਡੇ ਤੇ ਇੱਥੇ ਮਾਮੂਲੀ ਕਾਉਂਸਲਰ ਵੀ ਹੋਵੇ ਨਾ ਉਹ ਵੀ ਸਿਕਿਉਰਿਟੀ ਤੋਂ ਬਿਨਾ ਇੱਕ ਕਦਮ ਅੱਗੇ ਨਹੀਂ ਚੱਲਦਾ ਲੇਕਿਨ ਲੇਕਿਨ ਦੋਸਤੋ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਦੀ ਮਤਲਬ ਵੀਡੀਓ ਤੋਂ ਸਾਨੂੰ ਵੀ ਕੁਝ ਨਾ ਕੁਝ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਭਾਰਤ ਦੇ ਬਜਟ ਦੀ ਗੱਲ ਕਰੀਏ ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਬਜਟ ਹੈ ਉਹ ਸਭ ਤੋਂ ਜ਼ਿਆਦਾ ਸਿਕਿਉਰਿਟੀ ਦੇ ਵਿੱਚ ਖਰਚ ਹੁੰਦਾ ਕਿਉਂਕਿ ਸਿਕਿਉਰਿਟੀ ਦੇ ਵਿੱਚ ਕਾਰਾਂ ਵੀ ਹੁੰਦੀਆਂ ਜਿਪ ਜਿਪਸੀਆਂ ਵੀ ਹੁੰਦੀਆਂ ਇਸ ਤੋਂ ਇਲਾਵਾ ਹੋਰ ਵੀ ਐਂਬੂਲੈਂਸ ਵੀ ਹੁੰਦੀਆਂ ਨੇ ਗੱਲ ਉਹ ਹੀ ਹੈ ਕਿ ਸਾਰਾ ਕੁਝ ਹੈ ਪਾਣੀ ਦੇ ਨਾਲ ਤਾਂ ਚੱਲਣਾ ਨਹੀਂ ਇਹਨਾਂ ਨੇ ਪੈਟਰੋਲ ਵੀ ਚਾਹੀਦਾ ਇਹਨਾਂ ਨੂੰ ਡੀਜ਼ਲ ਵੀ ਚਾਹੀਦਾ ਔਰ ਜਿੰਨੇ ਵੀ ਇਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਹੁੰਦੇ ਨੇ ਉਹਨਾਂ ਦੀਆਂ ਸੈਲਰੀਆਂ ਜਿਹੜੀਆਂ ਮਤਲਬ ਕੁਝ ਵੀ ਕਹਿ ਕੇ ਆਪਾਂ ਇਹ ਜ਼ਰੂਰ ਗੱਲ ਕਹਾਂਗੇ ਕਿ ਭਾਰਤ ਵਿੱਚ ਮੇਰੇ ਮੁਤਾਬਕ ਸਿਕਿਉਰਿਟੀ ਦਾ ਸਭ ਤੋਂ ਵੱਧ ਖਰਚਾ ਹੈ ਲੇਕਿਨ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਤੁਸੀਂ ਵੀ ਵੇਖ ਸਕਦੇ ਹੋ ਯਾਰ ਇਹ ਤੁਹਾਨੂੰ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੀ ਇਕੱਲੇ ਹੀ ਇਕੱਲੇ ਜਾ ਰਹੇ ਨੇ ਭੀੜ ਵਿੱਚ ਜਾ ਰਹੇ ਨੇ ਔਰ ਅਚਾਨਕ ਨਜ਼ਰ ਪੈਂਦੀ ਐ ਇੱਕ ਸਿੱਖ ਸਰਦਾਰ ਜੀ ਤੇ ਔਰ ਉਸ ਦੇ ਨਾਲ ਹੱਥ ਮਿਲਾਉਂਦੇ ਨੇ ਔਰ ਆਪਣੇ ਕਾਫਲੇ ਦੇ ਨਾਲ ਆਪਣੇ ਭੀੜ ਦੇ ਵਿੱਚ ਅੱਗੇ ਲੰਘ ਜਾਂਦੇ ਨੇ ਵੱਡੀ ਗੱਲ ਇਹ ਹੈ ਦੋਸਤੋ ਕਿ ਇਹ ਵੀਡੀਓ ਦਿਖਾਉਣ ਦਾ ਮਤਲਬ ਇਹੀ ਹੈ ਕਿ ਰੱਬ ਦਾ ਵਾਸਤਾ ਜਿਹੜਾ ਆਪਾਂ ਸਕਿਉਰਟੀ ਤੇ ਲੱਖਾਂ ਕਰੋੜਾਂ ਰੁਪਈਆ ਖਰਚ ਕਰਦੇ ਆ ਕਮ ਸੇ ਕਮ ਉਸ ਤੇ ਧਿਆਨ ਜ਼ਰੂਰ ਦੇਈਏ